ਸਾਡੇ ਨਾਲ ਏ ਐਸ ਔਲਖ ਜੀ ਨੇ। ਔਲਖ ਸਰ, ਕਿਉਂਕਿ ਇਹਦੇ ਵਿੱਚ ਇੱਕ ਵੱਡੀ ਕਾਮਯਾਬੀ ਹੈ ਏ ਐਨ ਟੀ ਐਫ ਦੀ, ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਈ, ਕਿਉਂਕਿ ਇਹ ਵੀ ਗੱਲ ਆ ਰਹੀ ਹੈ ਕਿ ਜਿਹੜੇ ਵੱਡੇ ਡਰੱਗ ਸਮਗਲਰ ਹੈ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਇਹਦਾ ਜਿਹੜਾ ਲਿੰਕ ਹੈ ਉਹ ਸਾਹਮਣੇ ਆਇਆ? ਸ਼ੀਸ਼ਨ ਮਿੱਤਲ ਨਾਮ ਦਾ ਵਿਅਕਤੀ ਜਿਹੜਾ ਅਸੀਂ ਫੜਿਆ, ਇਹ ਸਾਡੇ ਸਪੈਸ਼ਲ ਡੀ ਜੀ ਪੀ ਸਰਦਾਰ ਕੁਲਦੀਪ ਸਿੰਘ ਅਤੇ ਏ ਡੀ ਜੀ ਪੀ ਮਿਸਟਰ ਨਿਲਭ ਕਿਸ਼ੋਰ ਇਹਨਾਂ ਦੀ ਰਹਿਨੁਮਾਈ ਹੇਠ ਇਹ ਪਿਛਲੇ ਇੱਕ ਮਹੀਨੇ ਤੋਂ ਇਹ ਓਪਰੇਸ਼ਨ ਜਿਹੜਾ ਚੱਲ ਰਿਹਾ ਸੀ। ਅਸੀਂ ਅਗਸਤ ਦੇ ਪਹਿਲੇ ਹਫ਼ਤੇ ਦੇ ਵਿੱਚ ਇਹਦੇ 'ਤੇ ਸ਼ੀਸ਼ਨ ਮਿੱਤਲ ਦੇ ਅਗੇਂਸਟ ਜਿਹੜੀ ਹੈ, ਜੋ ਕਿ ਡਰੱਗ ਇੰਸਪੈਕਟਰ ਲੱਗਿਆ ਹੋਇਆ ਸੀ ਫਾਜ਼ਿਲਕਾ, ਇਹਦੇ 'ਤੇ ਐਫ ਆਈ ਆਰ ਲੌਂਚ ਕੀਤੀ ਸੀ। ਸਾਡੀ ਇਨਫੋਰਮੇਸ਼ਨ ਜਿਹੜੀ ਦੇ ਮੁਤਾਬਿਕ ਇਹ ਕਾਫ਼ੀ ਜੋ ਮੈਡੀਕਲ ਸਟੋਰਾਂ ਦੇ ਨਾਲ ਸੰਬੰਧਿਤ ਜਿਹੜਾ ਨਸ਼ਾ ਤਸਕਰੀ ਦੇ ਮਾਮਲੇ ਜਿਹੜੇ ਹੈਗੇ ਆ, ਅਤੇ ਜਿਹੜਾ ਨਜਾਇਜ਼ ਪੈਸੇ ਦਾ ਲੈਣ ਦੇਣ ਕਾਫ਼ੀ ਵੱਡੇ ਮਾਤਰਾ 'ਤੇ, ਉਹ ਜਿਹੜਾ ਸਾਡੇ ਧਿਆਨ ਵਿੱਚ ਆਇਆ ਸੀ, ਜਿਹਦੇ ਕਰਕੇ ਇਹ ਐਫ ਆਈ ਆਰ ਜਿਹੜੀ ਆ ਲੌਂਚ ਕੀਤੀ ਗਈ ਸੀ। ਅਤੇ ਕਰੀਬ ਇੱਕ ਮਹੀਨੇ ਤੋਂ ਸਾਡੀਆਂ ਜਿਹੜਾ ਅਲੱਗ ਅਲੱਗ ਜਗ੍ਹਾਵਾਂ 'ਤੇ ਰੇਡਸ ਚੱਲ ਰਹੀਆਂ ਸੀ, ਜਿੱਥੋਂ ਕਿ ਅਸੀਂ ਚੰਡੀਗੜ੍ਹ, ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ, ਈਵਨ ਹਰਿਆਣੇ ਦੇ ਵਿੱਚ ਜਿਹੜਾ ਅਸੀਂ ਰੇਡ ਵਗੈਰਾ ਕੀਤੇ ਜਾ ਰਹੇ ਸੀ ਇਹਨੂੰ ਫੜਨ ਵਾਸਤੇ। ਫਿਰ ਇਹ ਪਰਸੋਂ ਜਿਹੜਾ ਹੈਗਾ, ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਏਰੋ ਸਿਟੀ ਦੇ ਇਲਾਕੇ ਦੇ ਵਿੱਚ ਇਹ ਮੌਜੂਦ ਹੈਗਾ, ਇਹ ਬੇਲ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਕਿ ਲੋਅਰ ਕੋਰਟ ਤੋਂ ਵੈਸੇ ਦੀ ਇੱਕ ਵਾਰੀ ਐਂਟੀਸਪੇਟਰੀ ਬੇਲ ਰਿਜੈਕਟ ਵੀ ਹੋ ਚੁੱਕੀ ਹੈ। ਅਤੇ ਉਸੇ ਦੌਰਾਨ ਇਹ ਇਸ ਏਰੋ ਸਿਟੀ ਦੇ ਇਲਾਕੇ ਦੇ ਵਿੱਚ ਤੁਰਿਆ ਫਿਰਦਾ ਜਿਹੜਾ ਹੈ ਸਾਡੇ ਹੱਥ ਲੱਗ ਗਿਆ, ਅਤੇ ਫਿਰ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਅਰੈਸਟ ਹੋਈ ਹੈ। ਫਿਰ ਸਰ ਇਨਵੈਸਟੀਗੇਸ਼ਨ 'ਚ ਕੀ ਆਇਆ ਕਿ ਤੁਸੀਂ ਕਿਹਾ ਕਿ ਵੱਡੇ ਡਰੱਗ ਸਮਗਲਰ, ਕੋਈ ਕਨੈਕਸ਼ਨ ਬਾਰਡਰ ਏਰੀਆ ਤੋਂ ਵੀ ਸਾਹਮਣੇ ਆ ਰਿਹਾ ਇਸ ਤਰ੍ਹਾਂ ਦਾ? ਦੇਖੋ, ਇਹ ਜ਼ਿਆਦਾ ਮੈਡੀਕਲ ਨਸ਼ਿਆਂ ਦੇ ਵਿੱਚ ਸੀਗਾ, ਸੋ ਉਹਦਾ ਬਾਰਡਰ ਨਾਲ ਨਹੀਂ ਬਹੁਤਾ ਜਿਹੜਾ ਲੈਣ ਦੇਣ ਹੁੰਦਾ। ਉਹ ਮਤਲਬ ਜਿਹੜੇ ਨਸ਼ੇ ਦੀਆਂ ਦਵਾਈਆਂ ਜਿਹੜੀਆਂ ਉਹਨਾਂ ਦੀ ਇਲੀਗਲ ਸੇਲ, ਅਤੇ ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਦੀ ਸੇਲ ਤੋਂ ਅਤੇ ਉਹਨਾਂ ਨੂੰ ਵੇਚਣ ਵਾਲਿਆਂ ਦੇ ਨਾਲ ਇਹਦੀ ਗੰਢ ਧੁੱਪ ਹੋਣਾ, ਅਤੇ ਉਸ ਦੇ ਨਾਲ ਜਿਹੜਾ ਇਲੀਗਲ ਪੈਸਾ ਜਿਹੜਾ ਹੈਗਾ ਉਹ ਇਕੱਠਾ ਕਰਨਾ, ਯਾਨੀ ਕਿ ਇਲੀਗਲ ਜਿਹੜੀ ਫਾਰਮਾ ਕੰਪਨੀਜ਼ ਨੇ ਜਿਹੜੀ ਇਲੀਗਲ ਤਰੀਕੇ ਦੇ ਨਾਲ ਤਸਕਰੀ ਹੁੰਦੀ ਹੈ ਮਾਰਕੀਟਾਂ ਦੇ ਵਿੱਚ ਜਾਂਦਾ? ਹਾਂਜੀ, ਉਹਨਾਂ ਨੂੰ ਉਹਨਾਂ ਦੇ ਜਿਵੇਂ ਲਾਇਸੈਂਸਿਸ ਰਿਨਿਊ ਕਰਨੇ, ਜਿਹੜੇ ਇਲੀਗਲ ਦਵਾਈਆਂ ਵੇਚਦੇ ਆ ਉਹਨਾਂ ਨੂੰ, ਜਾਂ ਨਵੇਂ ਲਾਇਸੈਂਸ ਦਵਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਨੀ, ਉਹਦੇ ਵਿੱਚ ਮੋਟੀ ਰਕਮ ਜਿਹੜੀ ਹੈ ਉਹਦੇ ਵਿੱਚ ਇਹ ਜਿਹੜੇ ਮੋਟੀ ਰਕਮ ਜਿਹੜੀ ਹੈ ਉਹਨਾਂ ਦੇ ਵਜ ਵਿੱਚ ਇਹ ਵਸੂਲਦੇ ਸੀਗੇ। ਠੀਕ ਹੈ, ਅਤੇ ਇਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਹੁੰਦਾ ਸੀਗਾ ਇਹ, ਲੇਕਿਨ ਫਿਰ ਵੀ ਇਹ ਉਹ ਕਰਦੇ। ਸੋ ਇਹਦੇ ਜਿਹੜੀ ਮੁੱਢਲੀ ਪੁੱਛਗਿੱਛ ਹੈਗੀ ਆ ਉਹਦੇ 'ਚੋਂ ਜਿਹੜਾ ਹੈਗਾ ਇਹਦੇ ਜਿਹੜੇ ਬੈਂਕ ਅਕਾਊਂਟਸ ਅਸੀਂ ਫਰੀਜ਼ ਕੀਤੇ ਆ, ਸੋ ਉਹਦੇ 'ਚੋਂ ਤਕਰੀਬਨ 7 ਕਰੋੜ ਰੁਪਇਆ ਇਹਦੇ ਟੋਟਲ ਬੈਂਕ ਅਕਾਊਂਟਸ ਦੇ ਵਿੱਚੋਂ ਸਾਨੂੰ ਬਰਾਮਦ ਹੋਇਆ, ਅਤੇ ਇਹਦੇ ਲੋਕਰ ਵੀ ਅਸੀਂ ਸੀਜ਼ ਕੀਤੇ ਨੇ, ਅਤੇ ਏ ਐਨ ਟੀ ਐਫ ਵੱਲੋਂ ਜਿਹੜਾ ਇਹਦੇ ਕੋਲੋਂ ਤਕਰੀਬ 1.5 ਕਰੋੜ ਕੈਸ਼ ਜਿਹੜਾ ਹੈਗਾ, ਅਤੇ 250 ਗ੍ਰਾਮ ਦੇ ਕਰੀਬ ਸੋਨਾ, ਅਤੇ 515 ਦਿਰਹਾਮ, ਅਤੇ 2 ਕਰੋੜ ਦੇ ਜ਼ੀਰਕਪੁਰ ਦੇ ਵਿੱਚ ਫਲੈਟ, ਅਤੇ 40 ਲੱਖ ਦੀ ਕਿਹਦੀ ਹੋਰ ਜਿਹੜੀ ਪ੍ਰੋਪਰਟੀ ਹੈ ਇਹ ਵੀ ਅਸੀਂ ਦੇਖੀ। ਅਤੇ ਇਹ ਵੱਖ ਵੱਖ ਜਗ੍ਹਾ ਜਿਵੇਂ ਇਹਦੀ ਪਹਿਲੀ ਤੈਨਾਤੀ ਸ੍ਰੀ ਮੁਕਤਸਰ ਸਾਹਿਬ ਸੀਗੀ, ਉਸ ਤੋਂ ਬਾਅਦ ਇਹ ਬਠਿੰਡਾ ਰਿਹਾ, ਮਾਨਸਾ ਰਿਹਾ, ਹੁਣ ਇਹ ਫਾਜ਼ਿਲਕਾ ਸੀਗਾ 2013 ਦੇ ਵਿੱਚ ਇਹ ਸੀਗਾ, ਅਤੇ ਇਹ ਸ਼ੁਰੂ ਤੋਂ ਹੀ ਇਸ ਰਸਤੇ 'ਤੇ ਜਿਹੜਾ ਗਲਤ ਰਸਤੇ ਦੇ ਉੱਤੇ ਇਹ ਚੱਲ ਪਿਆ ਸੀ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਕਿ ਕਿੰਨੇ ਕੁ ਰਿਨਿਊ ਨੇ ਕੀਤੇ ਹੈ, ਜਾਂ ਕਿੰਨੇ ਜਿਹੜੇ ਇਲੀਗਲ ਫਾਰਮਾਂ ਨੇ ਉਹਨਾਂ ਨੂੰ ਫਾਇਦਾ ਜਿਹੜਾ ਪਹੁੰਚਾਇਆ, ਅਤੇ ਸਾਰੀ ਜਿਹੜੀ ਪ੍ਰੋਪਰਟੀਜ਼ ਹੈ ਉਹ ਸਾਰੇ ਉਸੇ ਪੈਸਿਆਂ ਦੀ ਜਿਹੜੀ ਹੈਗੀ? ਦੇਖੋ, ਇਹ ਤਕਰੀਬਨ ਇਹਨੂੰ 10 ਸਾਲ ਹੋ ਗਏ ਨੇ ਸਰਵਿਸ ਦੇ ਵਿੱਚ, ਇਹਨੂੰ 10 ਤੋਂ ਜ਼ਿਆਦਾ ਸਾਲ ਹੋ ਗਏ ਇਹਨੂੰ ਸਰਵਿਸ ਦੇ ਵਿੱਚ, ਅਤੇ ਇਹ ਸਾਰਾ ਬਹੁਤ ਵਾਈਡ ਡੇਟਾ ਹੈਗਾ। ਸੋ ਅਸੀਂ ਉਹਨੂੰ ਥਰੈਡਬੇਅਰ ਸਾਡੀ ਜਿਹੜੀ ਉਹਦੀ, ਅਸੀਂ ਇਹਦਾ 4 ਦਿਨ ਦਾ ਸਾਨੂੰ ਪੁਲਿਸ ਰਿਮਾਂਡ ਮਿਲਿਆ ਹੋਇਆ, ਅਤੇ ਉਹ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਾਡੀ ਔਨਗੋਇੰਗ ਹੈ, ਉਹ ਚੱਲ ਰਹੀ ਹੈ ਇਸ ਟਾਈਮ, ਅਤੇ ਇਹਦੇ ਤੋਂ ਹੋਰ ਵੀ ਵੱਡੇ ਖੁਲਾਸੇ ਜਿਹੜੇ ਆ ਸਾਨੂੰ ਹੋਣ ਦੀ ਆਸ ਹੈਗੀ। ਸਰ, ਪਿਛਲੇ ਦਿਨਾਂ ਜਿਹੜੀ ਰੇਡਸ ਕੀਤੀ ਗਈ ਸੀ ਮੋਸਟਲੀ ਪੂਰੇ ਪੰਜਾਬ ਦੇ ਵਿੱਚ, ਚੰਡੀਗੜ੍ਹ, ਈਵਨ ਹਰਿਆਣਾ ਦੇ ਵਿੱਚ ਵੀ, ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ, ਇੰਸਟੀਟਿਊਟਸ ਨੇ ਉਹਨਾਂ ਦੇ ਕਈ ਨੇ, ਉੱਥੇ ਵੀ ਛਾਪੇਮਾਰੀ ਕੀਤੀ ਗਈ, ਇਹਨਾਂ ਦੇ ਰਿਸ਼ਤੇਦਾਰਾਂ ਦੀ ਵੀ ਕੋਈ ਇਨਵੋਲਵਮੈਂਟ ਹੈ ਜਾਂ ਫਿਰ ਇਹਨਾਂ ਨੇ ਆਪਣੇ ਪੈਸੇ ਜਿਹੜੇ ਉੱਥੇ ਲਾਏ ਹੋਏ ਨੇ? ਦੇਖੋ, ਇਹ ਜਿਹੜਾ ਇਲੀਗਲ ਪੈਸਾ ਸੀ ਉਹ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਹੀ ਇਹ ਇਨਵੈਸਟ ਕਰਦਾ ਸੀਗਾ, ਜਿੱਥੋਂ ਇਹਨੇ ਆਪਣੀ ਘਰਵਾਲੀ ਦੇ ਨਾਮ 'ਤੇ, ਆਪਦੇ ਸੱਸ ਸਹੁਰੇ ਦੇ ਨਾਮ 'ਤੇ ਉਹ ਜ਼ਿਆਦਾ ਇਹਨੇ ਕੀਤੇ ਹੋਏ ਨੇ, ਆਪਦੀ ਇਮੀਡੀਏਟ ਫੈਮਿਲੀ ਦੇ ਨਾਂ 'ਤੇ ਇਹਨੇ ਜਿਹੜੀ ਪੈਸੇ ਦੀ ਇਨਵੈਸਟਮੈਂਟ ਜਾਂ ਕੋਈ ਐਫ ਡੀਜ਼
ਜਾਂ ਕੋਈ ਪ੍ਰੋਪਰਟੀ ਦੀ ਜਿਹੜੀ ਖਰੀਦੋ ਫਰੋਖਤ ਉਹਨਾਂ ਦੇ ਨਾਂ 'ਤੇ ਨਹੀਂ ਕੀਤੀ ਗਈ ਹੈ। ਇਹਦੇ ਨਾਲ ਇਹਨੂੰ ਏਡ ਕਰਨ ਵਾਲੇ ਹੋਰ ਵੀ ਇੱਕ ਦੋ ਜਣੇ ਹੈਗੇ ਆ ਜਿਹੜੇ ਕਿ ਇਹਦੀ ਇਹਨੂੰ ਪੈਸਾ ਇਕੱਠਾ ਕਰਨ ਦੇ ਵਿੱਚ ਜਾਂ ਇਹਨੂੰ ਪੈਸਾ ਦਵਾਉਣ ਦੇ ਵਿੱਚ ਜਾਂ ਇਹਦਾ ਇਨਵੈਸਟ ਕਰਵਾਉਣ ਦੇ ਵਿੱਚ ਇਹਦੇ ਸਹਾਈ ਜਿਹੜੇ ਸੀਗੇ ਉਹ ਵੀ ਸਰਕਾਰੀ ਮਹਿਕਮੇ ਦੇ ਜਾਂ ਫਿਰ ਉਹ ਬਾਹਰ ਦੇ ਪ੍ਰਾਈਵੇਟ ਨਹੀਂ ਉਹ ਪ੍ਰਾਈਵੇਟ ਵੀ ਹੈਗੇ ਨੇ ਪਲੱਸ ਸਰਕਾਰੀ ਕੁਛ ਹੋਰ ਵੀ ਜਿਹੜੇ ਨੇ ਹੌਲੀ ਹੌਲੀ ਜਿਵੇਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਓਬਵੀਅਸ ਹੈ ਵੀ ਉਹ ਵੀ ਸਾਹਮਣੇ ਆਉਣਗੇ ਜਿਵੇਂ ਜਿਵੇਂ ਆਉਣਗੇ ਤੇ ਅਸੀਂ ਉਹਨੂੰ ਫਰਦਰ ਆਪਣਾ ਜਿਹੜਾ ਇਨਵੈਸਟੀਗੇਸ਼ਨ ਦਾ ਸਕੋਪ ਹੈ ਉਹ ਹੋਰ ਵਾਈਡ ਹੁੰਦਾ ਕਿਉਂਕਿ ਇਲੀਗਲ ਫਾਰਮਾ ਕੰਪਨੀਜ਼ ਜਾਂ ਨਸ਼ੀਲੇ ਇੰਜੈਕਸ਼ਨ ਹੋ ਗਏ ਜਾਂ ਦਵਾਈਆਂ ਹੋ ਗਈ ਉਹਦੀ ਤਸਕਰੀ ਨੂੰ ਲੈ ਕੇ ਰਿਨਿਊ ਨੂੰ ਲੈ ਕੇ ਉਹਨਾਂ ਦੀ ਪੂਰੀ ਇਨਵੋਲਵਮੈਂਟ ਕਰਦਾ ਸੀਗਾ ਡਰੱਗ ਇੰਸਪੈਕਟਰ ਉਹਦੇ 'ਚ ਇਹ ਹੈਗਾ ਜੀ ਜਿਹੜੇ ਜਿੱਥੇ ਡਰੱਗ ਇੰਸਪੈਕਟਰ ਦਾ ਕੰਮ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨਾ ਤਾਂ ਕਿ ਇਲੀਗਲ ਨਸ਼ੇ ਦੀ ਵਿਕਰੀ ਜਿਹੜੀ ਆ ਉਹ ਨਾ ਹੋਵੇ ਇਹੋ ਜਿਹੜੀਆਂ ਪ੍ਰੋਹਿਬਿਟਡ ਦਵਾਈਆਂ ਨੇ ਜੋ ਕਿ ਨਸ਼ਾ ਦੇ ਲਈ ਵਰਤੀਆਂ ਜਾਂਦੀਆਂ ਨੇ ਉਹਨਾਂ ਦੀ ਵਿਕਰੀ ਨਾ ਹੋਵੇ ਉਹਨਾਂ ਨੂੰ ਫੜਨਾ ਉਹ ਇਸ ਚੀਜ਼ ਦੇ ਵਿੱਚ ਰੋਕਥਾਮ ਕਰਨੀ ਇਹ ਜਿਹੜਾ ਡਰੱਗ ਇੰਸਪੈਕਟਰ ਦੀ ਇੱਕ ਮੇਨ ਜਿਹੜੀ ਅਹਿਮ ਡਿਊਟੀ ਹੈ ਯਾਨੀ ਪੂਰੀ ਮੋਨੀਟਰਿੰਗ ਹੁੰਦੀ ਹੈ ਪੂਰੀ ਮੋਨੀਟਰਿੰਗ ਇਹਦੀ ਇੱਕ ਅਹਿਮ ਡਿਊਟੀ ਹੈ ਤੇ ਇਹਨੇ ਉਹਦੇ ਕੰਟਰਡਿਕਟਰੀ ਜਾ ਕੇ ਉਹਨਾਂ ਨੂੰ ਮਤਲਬ ਜ਼ਿਆਦਾ ਵਿਕਵਾਉਣਾ ਤੇ ਉਸ ਤੋਂ ਇਲੀਗਲ ਪੈਸਾ ਇਕੱਠਾ ਕਰਨਾ ਇਹਦਾ ਧਿਆਨ ਜਿਹੜਾ ਹੈ ਉਹਨੂੰ ਉਹਦੀ ਰੋਕਥਾਮ ਦੀ ਬਜਾਏ ਉਹਨੂੰ ਪ੍ਰਮੋਟ ਕਰਨ 'ਚ ਸੀਗਾ ਯਾਨੀ ਕਿ ਜਿੱਥੇ ਵੀ ਰਿਹਾ ਜਿੱਥੇ ਵੀ ਪੋਸਟਿੰਗ ਰਹੀ ਹੈ ਮੋਸਟਲੀ ਕਰਪਸ਼ਨ ਹੀ ਹੋਈ ਹੈ ਮੋਸਟਲੀ ਉਹਨੇ ਜਿਹੜੇ ਦਵਾਈਆਂ ਵਾਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਫਾਰਮਾਸਿਊਟੀਕਲ ਜਿਹੜੀਆਂ ਅਦਾਰੇ ਨੇ ਉਹਨਾਂ ਦੇ ਨਾਲ ਸ਼ਾਮਿਲ ਹੋ ਕੇ ਇਹਨੇ ਉਹ ਦਵਾਈਆਂ ਜਿਹੜੀਆਂ ਜਿਹੜੇ ਨਸ਼ੇ ਦੀਆਂ ਗੋਲੀਆਂ ਇੰਜੈਕਸ਼ਨ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵਿਕਵਾਉਣ ਦੇ ਵਿੱਚ ਇਹਦਾ ਜਿਹੜਾ ਯੋਗਦਾਨ ਸੀਗਾ। ਕੋਈ ਵੱਡੇ ਡਰੱਗ ਤਸਕਰ ਵੀ ਹਜੇ ਤੁਹਾਡੀ ਉਹਦੇ 'ਚ ਹੈਗੇ? ਦੇਖੋ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਸੋ ਜਿਵੇਂ ਜਿਵੇਂ ਚੱਲ ਰਿਹਾ ਮਤਲਬ ਉਹਨੂੰ ਸਬਸੀਕੁਐਂਟਲੀ ਅਸੀਂ ਅੱਜ 4 ਦਿਨ ਜਿਵੇਂ ਰਿਮਾਂਡ ਹੈਗਾ ਅਤੇ ਤੁਹਾਡਾ ਉਹਦੀ ਪੁੱਛਗਿੱਛ ਚੱਲ ਰਹੀ ਹੈ ਜਿਵੇਂ ਸਾਹਮਣੇ ਆਊਗਾ ਤੁਹਾਡੇ ਧਿਆਨ ਸਰ ਕਿਉਂਕਿ ਇਹਦੇ ਵਿੱਚ ਤੁਸੀਂ ਜ਼ੀਰਕਪੁਰ ਕਿਹਾ ਡੱਬਵਾਲੀ ਦੇ ਵਿੱਚ ਵੀ ਇਹਦੀ ਪ੍ਰੋਪਰਟੀ ਹੈ ਕਈ ਜਿਹੜਾ ਕੈਸ਼ ਰਿਕਵਰ ਕੀਤਾ ਇਹ ਲਿਵਿੰਗ ਇੱਥੇ ਰਹਿੰਦਾ ਸੀਗਾ ਚੰਡੀਗੜ੍ਹ ਜਾਂ ਨੇੜੇ ਤੇਰੇ ਫੈਮਿਲੀ ਦੇ? ਨਹੀਂ ਇਹ ਵੈਸੇ ਬਠਿੰਡੇ ਸੈਟਲਡ ਹੈਗਾ ਤੇ ਪਰ ਹੁਣ ਉੱਥੋਂ ਪਿਛਲੇ 1 ਮਹੀਨੇ ਤੋਂ ਇਹ ਆਪਣੇ ਘਰੋਂ ਵੀ ਤੇ ਆਪਣੇ ਕੰਮ ਤੋਂ ਵੀ ਸਾਰਾ ਜਿਹੜਾ ਹੈਗਾ ਭੱਜਿਆ ਹੋਇਆ ਸੀ।